मुख मंत्री मान पहुंचे जलंधर, 15,000 लोगों नाल कीता योगा, हासोहीन अंदाज च दसे योगा दे फायदे। बीते दिन पंजाब दे मुख्यमंत्री भगवंत मान दे वल्लों सीएम योगशाला शुरू की गई सी। दस्या जांदा है इस दे तहत ही अज ओ जलंधर दे विच 15,000 लोगों दे नाल योगा करन लई पहुंचे। ए वी जानकारी मिली है कि इस मौके ते लोकसभा मैंबर सुशील रिंकू, राज्यसभा मैंबर राघव चड्डा दे नाल नाल कैबिनेट मंत्री बलबीर सिंह भी मौजूद सन। कहा जांदा है कि सीएम मान ने हासोहीन अंदाज दे विच दस्या है कि असी हर पल योगा किवें करदे हां। योगा नूं जे तुसीं इह ना मन्नो के ਇੱਦਾਂ ਇੱਕ ਮੈਟ 'ਤੇ ਬਹਿ ਕੇ ਯੋਗਾ ਹੋ ਜਾਂਦਾ, ਯੋਗਾ ਤਾਂ ਆਪਾਂ ਜ਼ਿੰਦਗੀ 'ਚ ਹਰ ਰੋਜ਼ ਹਰ ਦਿਨ ਕਰਦੇ ਹਾਂ। ਦੋ ਚਾਰ ਵੱਡੇ ਵੱਡੇ ਸਾਹ ਲੈ ਲਓ ਯੋਗਾ, ਉਬਾਸੀ ਲੈਂਦੇ ਹਾਂ ਔਰ ਨਾਲ ਆਹ ਵੀ ਕਰਦੇ ਹਾਂ ਯੋਗਾ। ਮੋਬਾਈਲ ਡਿੱਗ ਪਿਆ ਐਂ ਚੱਕਦੇ ਹਾਂ ਯੋਗਾ। ਹਰ ਗੱਲ 'ਚ ਯੋਗਾ ਹੈ। ਠੀਕ ਹੈ, ਜ਼ਿੰਦਗੀ 'ਚ ਰੁਝੇਵੇਂ ਨੇ, ਰੁਝੇਵੇਂ ਵੀ ਬਹੁਤ ਜ਼ਰੂਰੀ ਹੈ, ਪਰ ਸਿਆਣੇ ਕਹਿੰਦੇ ਆ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸਿਹਤ ਰਹੂਗੀ, ਤੰਦਰੁਸਤੀ ਰਹੂਗੀ, ਪੋਜ਼ਿਟਿਵਿਟੀ ਰਹੂਗੀ ਮਾਇੰਡ 'ਚ, ਤਾਂ ਸਾਰਾ ਦਿਨ ਪੋਜ਼ਿਟਿਵ ਰਹੋਗੇ। ਦਫ਼ਤਰ ਜਾਓਗੇ, ਜਿੱਥੇ ਵੀ ਜਾਓਗੇ, ਕੁਛ ਨਾ ਨਵਾਂ ਕਰਕੇ ਆਓਗੇ। 25 ਬੰਦੇ ਜੇ ਤੁਸੀਂ ਤਿਆਰ ਹੋ ਆਪਣੀ ਬਸਤੀ 'ਚ, ਆਪਣੇ ਮੁਹੱਲੇ 'ਚ, ਆਪਣੇ ਪਾਰਕ ਦੇ ਵਿੱਚ 25 ਬੰਦੇ, ਇੱਕ ਫੋਨ ਕਰ ਦਿਓ ਸਾਨੂੰ, ਮਿਸ ਕਾਲ ਨੰਬਰ ਹੈਗਾ ਤੁਹਾਡੇ ਕੋਲ, ਇੱਕ ਫੋਨ ਕਰ ਦਿਓ ਕਿ ਸਾਨੂੰ ਯੋਗਾ ਦਾ ਟੀਚਰ ਚਾਹੀਦਾ। 25 ਬੰਦੇ ਹੋ, ਯੋਗਾ ਦਾ ਟੀਚਰ ਬਿਲਕੁਲ ਮੁਫਤ ਆਊਗਾ ਜੀ ਤੁਹਾਡੇ ਕੋਲ, ਤੁਹਾਡੇ ਆਪਦੇ ਘਰ ਆਓ। ਕਪਾਲ ਪਾਤੀ, ਲੋਮ ਦਲੋਮ ਹੈਗੇ ਤਾਂ ਸਾਂ ਹੀ ਨੇ, ਲੈਣੇ ਉਲਟੇ ਸਿੱਧੇ ਤਰੀਕੇ ਨਾਲ ਨੇ, ਬਸ ਹੈਗੇ ਸਾਂ ਹੀ ਨੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਲੋਕਾਂ ਨੂੰ ਮੁਫ਼ਤ ਯੋਗਾ ਸਿਖਲਾਈ ਦੇ ਵਾਸਤੇ ਸੀਐਮ ਯੋਗਸ਼ਾਲਾ ਸ਼ੁਰੂ ਕੀਤੀ ਗਈ। ਜਲੰਧਰ ਤੋਂ ਸੰਦੀਪ ਕੌਲ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।